ਸਾਡਾ ਦੇਸ਼ ਇੱਕ ਗੁਲਦਸਤੇ ਵਰਗਾ। ਤੁਸੀਂ ਇੱਕ ਗੁਲਦਸਤੇ ਨੂੰ ਚਾਹੁੰਦੇ ਹੋ ਕਿ ਬਸ ਇੱਕੋ ਹੀ ਰੰਗ ਦਾ ਹੋ ਜਾਵੇ? ਇਹ ਰੀਤੀ ਰਿਵਾਜ ਉਹਨੂੰ ਕੀ ਕਹਿੰਦੇ ਆ? ਪਤਾ ਨਹੀਂ ਕਿਉਂ ਛੇੜਦੇ ਆ ਇਸ ਤਰ੍ਹਾਂ। ਯੂਸੀਸੀ ਦੇ ਕਾਨੂੰਨ ਨੂੰ ਲੈ ਕੇ ਸੀਐਮ ਮਾਨ ਨੇ ਚੁੱਕੇ ਪ੍ਰਧਾਨ ਮੰਤਰੀ ਮੋਦੀ ਤੇ ਸਵਾਲ। ਦੇਸ਼ ਵਿੱਚ ਬੜੇ ਹੀ ਪਿਆਰ ਨਾਲ ਰਹਿੰਦੇ ਲੋਕਾਂ ਤੇ ਗਾਇਆ ਖੂਬਸੂਰਤ ਗੀਤ। ਦੂਜੇ ਪਾਸੇ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਨੇ ਵਿਚਾਰ ਪੇਸ਼ ਕੀਤੇ ਮਾਨ ਸਰਕਾਰ ਤੋਂ ਜ਼ਰਾ ਹਟ ਕੇ। ਪੰਜਾਬ ਦੇ ਮੁੱਖ ਮੰਤਰੀ ਨੇ ਯੂਸੀਸੀ ਤੇ ਸਿੱਧੇ ਤੌਰ ਤੇ ਸਵਾਲ ਚੁੱਕਦਿਆਂ ਜਿੱਥੇ ਕਿਹਾ ਕਿ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਰਸਮਾਂ ਨੇ, ਸਾਰਿਆਂ ਨਾਲ ਗੱਲਬਾਤ ਕਰੋ, ਸਹਿਮਤੀ ਮਿਲੇ ਫਿਰ ਯੂਸੀਸੀ ਤੇ ਵਿਚਾਰ ਕਰੋ, ਤਾਂ ਜਿਵੇਂ ਹਮੇਸ਼ਾ ਉਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੇ ਇੱਕ ਗੁਲਦਸਤੇ ਦਾ ਜ਼ਿਕਰ ਵੀ ਕੀਤਾ। ਆਓ ਸੁਣਦੇ ਉਹਨਾਂ ਦੀ ਇਹ ਜ਼ੁਬਾਨੀ। ਸਾਡਾ ਦੇਸ਼ ਇੱਕ ਗੁਲਦਸਤੇ ਵਰਗਾ। ਗੁਲਦਸਤੇ 'ਚ ਹਰ ਰੰਗ ਦਾ ਫੁੱਲ ਹੁੰਦਾ, ਹਰ ਧਰਮ ਦਾ ਆਪਦਾ ਕਲਚਰ। ਸਾਡੇ ਸਿੱਖਾਂ ਦੇ ਵਿੱਚ ਚਾਰ ਲਾਵਾਂ ਨੇ, ਸਾਡੇ ਜਿਹੜੀਆਂ ਮਰਨ ਉਪਰੰਤ ਸਾਡੇ ਭੋਗ ਹੈ। ਹਿੰਦੂ ਮੈਰਿਜ ਐਕਟ 'ਚ, ਹਿੰਦੂ ਮੈਰਿਜ ਦੇ ਵਿੱਚ 7 ਫੇਰੇ ਨੇ, ਉਹਨਾਂ ਦੇ ਗਰੂੜ ਪਾਠਨ ਹੈ। ਸਾਡੇ ਭੋਗ ਵਾਲੇ ਦਿਨ ਬੇਟੇ ਨੂੰ ਪੱਗ ਬੰਨ੍ਹੀ ਜਾਂਦੀ ਹੈ। ਉੱਧਰ ਦੂਜੇ ਧਰਮ 'ਚ ਗਰੂੜ ਪਾਠਨ ਤੋਂ ਬਾਅਦ ਮੁੰਡਨ ਕਰਵਾ ਲਿਆ ਜਾਂਦਾ ਹੈ ਮੌਤ ਤੋਂ ਬਾਅਦ। ਸਾਡੇ ਇਹ ਕਿਹਾ ਗਿਆ ਕਿ ਦਿਨ ਦੇ 12 ਵਜੇ ਤੋਂ ਪਹਿਲਾਂ ਲਾਵਾਂ ਆਨੰਦ ਕਾਰਜ ਹੋ ਜਾਣੇ ਚਾਹੀਦੇ। ਉਹਨਾਂ ਦੇ ਰਾਤ ਨੂੰ ਫੇਰੇ ਹੁੰਦੇ ਆ ਜੀ, 2 ਵਜੇ 1 ਵਜੇ 2 ਵਜੇ ਦਾ ਮੂਹਰਤ ਨਿਕਲਦਾ। ਆਦਿਵਾਸੀਆਂ ਦੇ ਵਿਆਹ ਕਰਨ ਦੇ ਤਰੀਕੇ ਹੋਰ ਨੇ ਜੀ, ਜੈਨੀਆਂ ਦੇ ਵਿਆਹ ਕਰਨ ਦੇ ਤਰੀਕੇ ਕੁਛ ਹੋਰ ਨੇ ਜੀ, ਉਹਨਾਂ ਦੇ ਆਪਦੀਆਂ ਰਸਮਾਂ ਕਰਨ ਦੇ ਤਰੀਕੇ ਕੁਛ ਹੋਰ ਨੇ ਜੀ। ਤੁਸੀਂ ਇੱਕ ਗੁਲਦਸਤੇ ਨੂੰ ਚਾਹੁੰਦੇ ਹੋ ਕਿ ਬਸ ਇੱਕੋ ਹੀ ਰੰਗ ਦਾ ਹੋ ਜਾਵੇ? ਉਹ ਹਰ ਧਰਮ ਦਾ ਆਪਣਾ ਆਪਣਾ ਕਲਚਰ, ਆਪਣਾ ਆਪਣਾ ਰਸਮਾਂ ਨੇ। ਸੋ ਸਾਰਿਆਂ ਨਾਲ ਗੱਲ ਕਰ, ਸਹਿਮਤੀ ਕਰ, ਪਰ ਇਹ ਕਹਿੰਦੇ ਕੀ ਆ ਉਹਨੂੰ? ਇਹ ਰੀਤੀ ਰਿਵਾਜ ਉਹਨਾਂ ਨੂੰ ਕੀ ਕਹਿੰਦੇ ਆ? ਪਤਾ ਨਹੀਂ ਕਿਉਂ ਛੇੜਦੇ ਆ ਇਸ ਤਰ੍ਹਾਂ ਉਹ। ਮੈਂ ਤਾਂ ਇਹੀ ਕਹੂੰਗਾ, ਕੌਮ ਕੋ ਕਬੀਲੋਂ ਮੈਂ ਮਤ ਬਾਂਟੀਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਂਟੀਏ, ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਕੋ ਨਦੀਓਂ ਔਰ ਝੀਲੋਂ ਮੈਂ ਮਤ ਬਾਂਟੀਏ। ਜੋ ਸੰਵਿਧਾਨ ਕਹਿੰਦਾ, ਇਹ ਕਹਿੰਦੇ ਸੰਵਿਧਾਨ ਮੁਤਾਬਕ ਕਰਨ ਲੱਗੇ ਹਾਂ। ਸੰਵਿਧਾਨ ਇਹ ਕਹਿੰਦਾ ਜੇ ਸਾਰੇ ਸੋਸ਼ਲੀ ਬਰਾਬਰ ਹੋ ਗਏ ਤਾਂ ਤੁਸੀਂ ਉਹ ਜਿਹੜਾ ਕਾਮਨ ਕੋਡ ਜਿਹੜਾ ਲਾ ਲਾਗੂ ਕਰੋ। ਸਾਰੇ ਸੋਸ਼ਲੀ ਬਰਾਬਰ ਹੋ ਗਏ ਨਹੀਂ ਹੋਏ, ਹਜੇ ਵੀ ਬਹੁਤ ਸਾਰੇ ਦਬੇ ਕੁਚਲੇ ਪਛੜੇ ਲੋਕ, ਜਿਹਨੂੰ ਕਿਸੇ ਨੂੰ ਪੜ੍ਹਾਈ ਦਾ ਟਾਈਮ ਨਹੀਂ ਮਿਲਦਾ, ਕਿਸੇ ਨੂੰ ਆਰਥਿਕਤਾ ਕਰਕੇ ਨੌਕਰੀ ਕਰਨ ਦਾ ਟਾਈਮ ਨਹੀਂ ਮਿਲਦਾ, ਕਿਸੇ ਨੂੰ ਕੋਈ ਮੌਕਾ ਨਹੀਂ ਮਿਲਦਾ। ਤਾਂ ਦੂਜੇ ਪਾਸੇ ਕੁਝ ਸ਼ਹਿਰਾਂ ਦੀਆਂ ਜਥੇਬੰਦੀਆਂ ਦਾ ਕੁਝ ਹੋਰ ਹੀ ਮੰਨਣਾ ਹੈ। ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਯੂਸੀਸੀ ਦਾ ਕਾਨੂੰਨ ਲਿਆਂਦਾ ਜਾ ਰਿਹਾ, ਇਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਸਮਾਜਿਕ ਜਥੇਬੰਦੀਆਂ ਇੱਕ ਬੈਨਰ ਹੇਠ ਇਕੱਠੀਆਂ ਹੋਈਆਂ ਨੇ, ਅਤੇ ਉਹਨਾਂ ਦੇ ਵੱਲੋਂ ਇਸ ਨੂੰ ਮਜ਼ਬੂਤ ਰਾਸ਼ਟਰ ਬਣਾਉਣ ਦੇ ਲਈ ਕਿਉਂ ਜ਼ਰੂਰੀ ਸਮਝਿਆ ਜਾ ਰਿਹਾ ਹੈ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਇਸ ਅਹਿਮ ਮੁੱਦੇ 'ਤੇ ਇਕੱਠੇ ਹੋਏ ਹਾਂ। ਇਹ ਮੁੱਦਾ ਜਿਹੜਾ ਹੈਗਾ, ਇਹ ਕੋਈ ਰਾਜਨੀਤੀ ਕਰਨ ਦਾ ਮੁੱਦਾ ਨਹੀਂ ਹੈ ਵੀ ਕੋਈ ਅਸੀਂ ਇੱਥੇ ਰਾਜਨੀਤੀ ਕਰਨ ਆਏ ਹਾਂ। ਇਹ ਰਾਸ਼ਟਰੀਕਰਨ ਦਾ ਮੁੱਦਾ ਹੈਗਾ, ਕਿਉਂਕਿ ਜਿਹੜਾ ਅੱਜ ਸਮਾਜ ਦੇ ਵਿੱਚ ਯੂਨੀਵਰਸਲ ਸਿਵਲ ਕੋਡ ਜਿਹੜਾ ਹੈ, ਸਾਰੇ ਨਾਗਰਿਕਾਂ ਨੂੰ ਇੱਕੋ ਅਧਿਕਾਰ, ਇਸ ਦਾ ਮਤਲਬ ਹੈ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ, ਚਾਹੇ ਉਹ ਬੱਚਾ ਹੈ, ਚਾਹੇ ਉਹ ਬੁੜਾ ਹੈ, ਚਾਹੇ ਔਰਤ ਹੈ, ਚਾਹੇ ਆਦਮੀ ਹੈ, ਕਿਸੇ ਵੀ ਜਾਤੀ ਨਾਲ ਸੰਬੰਧਿਤ ਹੈ, ਉਹਨੂੰ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਮਿਲੇ। ਇੱਥੇ ਇੱਕ ਭਰਮ ਫੈਲਾਇਆ ਜਾ ਰਿਹਾ ਹੈ ਵੀ ਇਦੋਂ ਬਾਅਦ ਜੀ ਇਹ ਸ਼ਾਦੀ ਦੇ ਨਿਯਮ ਬਦਲ ਜਾਣਗੇ। ਕੋਈ ਨਿਯਮ ਨਹੀਂ, ਜੇ ਸਿੱਖ ਪਰਿਵਾਰ ਦੇ ਵਿੱਚ ਲਾਵਾਂ ਲਈਆਂ ਜਾਂਦੀਆਂ ਤਾਂ ਲਾਵਾਂ ਦਾ ਢੰਗ ਵੀ ਉਹੀ ਰਹੂਗਾ, ਜੇ ਹਿੰਦੂ ਪਰਿਵਾਰ ਦੇ ਵਿੱਚ ਫੇਰੇ ਲਏ ਜਾਂਦੇ ਆ ਤਾਂ ਉਹਦੇ 'ਚ ਵੀ ਕੋਈ ਪਰਿਵਰਤਨ ਨਹੀਂ ਹੈ। ਕ੍ਰਿਸਚਨ ਜਿਵੇਂ ਚਰਚ ਦੇ ਵਿੱਚ ਸ਼ਾਦੀ ਕਰਦੇ ਉਹ ਵੀ ਕੋਈ ਫਰਕ ਨਹੀਂ ਹੈ, ਮੁਸਲਮਾਨ ਜਿਵੇਂ ਸ਼ਾਦੀ ਕਰਦੇ ਆ ਉਹਦੇ ਵਿੱਚ ਕੋਈ ਪਰਿਵਰਤਨ ਨਹੀਂ ਹੈ। ਪਰਿਵਰਤਨ ਸਿਰਫ ਇੱਕ ਹੈ ਵੀ ਉਹ ਜਿਹੜੀ ਮੈਰਿਜ ਹੈ ਜਿਹੜੀ ਹੈ ਉਹ ਰਜਿਸਟਰਡ ਹੋਊਗੀ। ਰਜਿਸਟਰਡ ਹੋਣ ਦਾ ਮਤਲਬ ਹੋਊਗਾ ਵੀ ਉਹ ਜਿਹੜੀ ਲੇਡੀਜ਼ ਹੈ ਉਹਨੂੰ ਪੂਰਾ ਅਧਿਕਾਰ ਹੋਊਗਾ, ਕਿਉਂਕਿ ਉਹ ਇੱਕ ਪਰਨਾ ਸੂਤਰ ਨਾਲ ਬੰਨੀ ਗਈ ਹੈ। ਬਠਿੰਡਾ ਤੋਂ ਜਗਸੀਰ ਭੁੱਲਰ ਤੇ ਵਿਨਾਸ਼ ਮੌਰ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।